ਜੀ ਤੇ ਕੀ ਹਾਲ ਚਾਲ ਆ ਜੀ ਸਾਰਿਆਂ ਦੇ। ਤੇ ਅੱਜ ਆਪਾਂ ਆਏ ਆ ਵਿਸ਼ਾਲ ਨੌਂ ਮਾਡਲ ਦਾ ਕਲੱਚ ਸੈੱਟ ਕਰਨ। ਤੇ ਆ ਕਰਤਾ ਸੈੱਟ, ਓਕੇ, ਉਹ ਵੀਡੀਓ ਨਹੀਂ ਆਪਾਂ ਬਣਾਈ ਤੇ ਬਾਕੀ ਸਾਰੀ ਮਸ਼ੀਨ ਰਿਪੇਅਰ ਹੋ ਚੁੱਕੀ ਆ। ਤੇ ਆ ਚੀਜ਼ ਦੀ ਆਪਾਂ ਗੱਲ ਕਰਦੇ ਵੀ ਆਪਾਂ ਵੀ ਐਵੇਂ ਫੱਟੀ ਲਾਉਣੀ ਆ ਵੀ ਥੋੜੀ ਜਿਹੀ ਅਟਵੀਂ ਕਰਕੇ, ਤੇ ਇਹਦੇ ਨਾਲ ਬਹੁਤ ਫਰਕ ਪੈਂਦਾ। ਤੇ ਬਾਕੀ ਮਸ਼ੀਨ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ, ਸ਼ੈੱਡ ਦੀ ਮਸ਼ੀਨ ਆ, ਨੌਂ ਮਾਡਲ ਆ। ਅਤੇ ਆਹ ਕਟਰ ਖੜਾ ਇਹਦਾ, ਅਤੇ ਬਾਕੀ ਰੀਜਨਲ ਆ ਸਾਰੀ, ਆਲ ਜਨੂਅਨ ਆ ਮਸ਼ੀਨ। ਅਜੇ ਤਾਂ ਹੀ ਹੱਥ ਲੜੇ ਨਾਲ ਦੇ ਆ ਵੀ ਆਪਣੇ ਐਲੀਵੇਟਰਾਂ ਦੇ। ਇੱਧਰ ਇੰਨਾ ਸਾਰਾ ਸਮਾਨ ਸਮੂਨ ਜਿਹਾ ਖਿਲਰ ਆਇਆ ਸ਼ੈੱਡ 'ਚ ਹੀ, ਰਿਪੇਅਰ ਕਰਦੇ ਇੱਥੇ ਹੀ। ਇਹ ਨੌਂ ਮਾਡਲ ਲਾਸਟ ਵਾਲੀ ਆ, ਉਦੋਂ ਲੈਟ ਇਹਨੂੰ ਵਿੱਚ ਦੇਣ ਲੱਗ ਪਏ ਸੀਗੇ ਆਪਣੇ ਪੂਛ ਦੇ ਵਿੱਚ। ਆ ਇਹਨਾਂ ਦਾ ਬੈਠਾ ਸ਼ਿਕਾਰ, ਕਰੋ ਚੈੱਕ। ਆ ਇਹਦਾ ਕਟਰ, ਕਟਰ ਨੂੰ ਇਹਨਾਂ ਜ਼ਰੂਰ ਰੰਗ ਮਰਵਾਇਆ ਹੋਇਆ। ਪੰਜ ਗੇਰੀ ਆ ਇਹ ਵੀ, ਇਹਨਾਂ ਕੋਲ ਦੂਜੀ ਬਾਡੀ ਵੀ ਪਈ ਆ ਅਤੇ ਨਾਲ ਹੀ ਵੀ ਬਾਕੀ ਮੁੰਡਾ ਚੜ੍ਹਾਉਣ ਲੱਗਾ ਹੈ ਕਲੱਚ ਬਲੇਡ ਹੈ। ਨਹੀਂ ਨਹੀਂ ਕੁਛ ਨਹੀਂ ਆਉਂਦਾ ਚੜ੍ਹਾ। ਬੱਲੇ ਚੜ ਗਈ, ਮਾੜਾ ਹੱਥ ਪਾ ਦੇ ਨਾਲ। ਗੋਪੀ ਚੱਕ ਕੇ ਪਊਗੀ, ਹੱਥ ਨਾ ਦੇ ਲਿਆ ਜੇ ਕਿਤੇ ਪਿੱਪਲ ਤੋਂ ਬਾ ਪਿੱਪਲ ਮੁੰਡੇ ਨੇ ਸਾਹ ਲੌਕ ਤਾਂ ਲਾਤੇ ਆ ਬਾਸਕਟ ਇੱਥੇ ਇੰਨੀ ਫੱਟੀ ਵਿਛਾਉਣੀ ਚਾਹੀਦੀ ਆ। ਇੱਕ ਵਿਸ਼ਾਲ ਦੀ ਬਾਸਕਟ ਦੀ ਇੱਕ ਹੋਰ ਨਿਸ਼ਾਨੀ ਹੁੰਦੀ ਆ ਕਿ ਇਹਨੂੰ ਆਹ ਸਰੀਆ ਆਉਂਦਾ ਏ ਸਾਈਡ 'ਤੇ, ਜਿਵੇਂ ਆਹ ਸਰੀਆ ਵੈਲਡਿੰਗ ਹੁੰਦਾ ਏ, ਇਹ ਵਿਸ਼ਾਲ ਦੀ ਬਾਸਕਟ ਦੀ ਨਿਸ਼ਾਨੀ ਆ। ਭਾਵੇਂ ਤੁਸੀਂ ਨੀਵੇਂ ਤੋਂ ਨੀਵੇਂ ਮਾਡਲ ਦੀ ਵੀ ਵੇਖ ਲਓ ਵੀ ਇਹ ਨਿਸ਼ਾਨੀ ਹੋਊਗੀ, ਇਹ ਵਿਸ਼ਾਲ ਦੀ ਬਾਸਕਟ ਕਿਸੇ ਹੋਰ ਮਾਰਕੇ ਨੂੰ ਨਹੀਂ ਇਹ ਬਾਸਕਟ ਆਉਂਦੀ। ਅਤੇ ਬਾਕੀ ਇਹ ਵੀ ਪੰਜ ਗੇਰੀ ਆ, ਸਕਦੇ ਚੱਕੇ ਨਾਲ ਗੇਅਰ ਗੂਰ ਵੀ ਓਕੇ ਕੀਤਾ। ਅਤੇ ਆਹ ਕਟਰ, ਕਟਰ ਤਾਂ ਹੈ ਵਾਲੀ ਆ, ਕਟਰ ਦੀ ਹਾਲਤ ਵਧੀਆ ਪਈ, ਕਟਰ ਨੂੰ ਇਹਨਾਂ ਰੰਗ ਕਰਾਤਾ ਸੀ, ਕਟਰ ਥੋੜ੍ਹਾ ਬਾਹਰ ਖੜ੍ਹਦਾ ਰਿਹਾ, ਫਿੰਗਰਾਂ ਫੁੰਗਰਾਂ ਨਵੀਆਂ ਪਾਈਆਂ। ਅਤੇ ਕਰ ਸਕਦੇ ਜੇ ਚੈੱਕ, ਇਹ ਸ਼ੁਰੂ ਤੋਂ ਹੀ ਵਿਸ਼ਾਲ ਚਲਾਉਂਦੇ ਰਹੇ ਆ, ਸੱਤ 'ਚ ਲਈ ਇੱਕ, ਇਹਨਾਂ ਨਵੀਂ ਇੱਕ ਨੌਂ 'ਚ ਲਈ ਸੀ, ਫਿਰ ਦੁਬਾਰਾ ਇਹ ਨੌਂ ਮਾਡਲ ਹੀ ਲਈ, ਪਹਿਲਾਂ ਵੇਚਤੀਆਂ ਸੀ। ਕੀ ਗੱਲ ਹੋ ਗਈ, ਇਹ ਛੱਡ ਦੇ, ਇਹ 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 ਤਾਂ ਚਲੋ ਇਹ ਵੀ ਰਹਿਣੀ ਹੈ, ਪਰ ਆਹ ਤਾਂ ਬਾਹਲੀ ਰਹਿਣੀ ਹੈ। ਅੱਛਾ, ਇਹ ਟਾਇਰ ਆ, ਇਹ ਉਹ ਬਹੁਤ ਰੈਡੀ ਜਾਂਦੀ, ਉਹ ਸਹੀ ਆ। ਫਿਰ ਇਹ ਪਹਿਲਾਂ ਚੜਾ ਕੇ ਨਹੀਂ ਵੇਖੀ ਤੁਸੀਂ ਇਹਦੇ ਮੂਹਰੇ? ਫੁੱਲ ਚੜਾਈਆਂ ਦੋਵੇਂ, ਦੋਵੇਂ ਚੜਾ, ਨਹੀਂ ਨਹੀਂ ਸਹੀ ਆ, ਗਰੀਸ ਲਾ ਉਹਦੇ ਚਿਲਮ 'ਤੇ ਵੀ ਲਾ ਦਿਓ, ਗਰੀਸ ਉਰਾ ਖਿੱਚ ਕੇ ਨਾ ਬੈਰੰਗ ਚਿਲਮ 'ਤੇ ਲਾਇਆ ਕਿ ਨਹੀਂ? ਹਾਂ ਉਹ ਵੀ ਉਰਾ ਚੱਲਣਾ ਬੈਰੰਗ, ਉੱਥੇ ਲਾਓ ਨਾ ਬੈਰੰਗ ਨੂੰ, ਕੀਤਾ ਜੇ ਨਾ ਗਰੀਸ, ਕੀਤਾ ਕੀਤਾ ਨੂੰ, ਇਹ ਉਹਦਾ ਹੋਣਾ ਫਿਰ ਜਦੋਂ ਦੁਬਾਰਾ ਆਉਣਾ, ਨਹੀਂ ਨਹੀਂ ਕੀਤਾ ਉਹਦਾ ਨਾ ਬੈਰੰਗ, ਵੇਖ ਤੇ ਲੱਗੇ ਨਹੀਂ ਬੈਰੰਗ ਦਾ ਵਧੀਆ ਪਿਆ। ਪੈਡਲ ਖਿੱਚਿਆ ਜੇ, ਉਹ ਪੈਡਲ ਨੱਪੋ ਉੱਥੋਂ।
नापदे और छड़िया जे ना अजे छाड़ दियो अही आप घरे बनाई थी आ जड़ी चिलम आ लम्मी वाढ़ के शार्ट लम्मी आ गई उदो लॉकडाउन सी कोई कहिंदा नहीं भी खराब ते बनी के ग्राइंडर ते बनी आ अही आ वाढ़ वाढ़ के ग्राइंडर नाल बनाई ही इत्थों साडी दा वाहवा लम्मी आ इहदे नाल भी टो जी बैरिंग नाल लगदी वधिया चल पा आई बोल वाह सच्चे पातशाह चल धन गुरु रामदास जी पिपल नाल आया पे वैसे जो बैरंग गए ना बैरंग नाल लग गया वैसे नहीं फिंगर नहीं नहीं वह प्ले इतो रखा राणा ही ढिल पावे ना आप भी ऐ प्ले का पता लगूगा ਹੁਣੇ ਪਤਾ ਲੱਗ ਜਾਂਦਾ ਦੋ ਕਨਾੜ ਲਾ ਕੇ ਵੇਖ ਲਓ ਉਹ ਬੈਰਿੰਗ ਤਾਂ ਪੂਰਾ ਹਟਦਾ ਪਿੱਛੇ ਹਟਦਾ ਹਾਂ ਉਹਦਾ ਨਹੀਂ ਕੋਈ ਹੈਗਾ ਚੱਕਰ ਇਹ ਚਾਰ ਨਾਲ ਰਲਾ ਜਾਏ ਜੇ ਜਿੰਨਾ ਤੂੰ ਪੱਤੀ ਪੱਤੇ ਨਹੀਂ ਬਣੇ ਆਪਾਂ ਕੁੜੀ ਗੱਲੀ ਬਣਾਂਗੇ ਨਾ ਕਰੇ ਖੜਦਾ ਖੜਾ ਬਾਹਰ ਆ ਜਾਣੀ ਆ ਕਲਚ ਪਲੇਟ ਭਾਈ ਬੜਾਈ ਕਲਚ ਸਪਰਿੰਗ ਦਾ ਵੀ ਫਰਕ ਹੋਊਗਾ ਇਹਨਾਂ ਸਪਰਿੰਗ ਵੀ ਪਾਇਆ ਉਹ ਵੀ ਆੜ ਆ ਉਹਨੇ ਪਿਛਾਂ ਜਦੋਂ ਆਪਣਾ ਤਾਂ ਜ਼ੋਰ ਲੱਗਣਾ ਹੀ ਆ ਜਦੋਂ ਖਿੱਚਣਾ ਆਪਣਾ ਤਾਂ ਜ਼ੋਰ ਲੱਗਣਾ ਹੀ ਆ ਉਹਨੇ ਤਾਂ ਪਿਛਾਂ ਖਿੱਚਣਾ ਇਹਦੇ ਨਾਲ ਦਾ ਸਪਰਿੰਗ ਪਾਇਆ ਇੱਕ ਵਾਰੀ ਉਹ ਲਾਓ ਹਾਂ ਫਿਰ ਚੈੱਕ ਕਰਦੇ ਆ ਕਿ ਉਹ ਪਾਇਆ ਕਾ ਤਵੇਂ ਬੜੇ ਸਾਲਾਂ ਦਾ ਪਾਇਆ ਉਹ ਪਈ ਗਿਆ ਖਲੋ ਜਾ ਗੋਪੀ ਖਲੋ ਜਾ ਗੋਪੀ ਖਲੋ ਲਾਣ ਨਾਲ ਨਾਲ ਸਾਵੇਂ ਲਾਓ ਤਾਂ ਲੱਗ ਪਈ ਆ ਆ ਗਿਆ ਬੁੱਤ ਲੱਗਣ ਲੱਗ ਗਿਆ ਇਹ ਕੁੱਤੇ ਲਾ ਦੇ ਹਾਂ ਆ ਲਾ ਯਾਰ ਇਹ ਕਿੱਥੇ ਲਾਉਂ ਹੁੱਤੇ ਇੱਥੇ ਨਹੀਂ ਇਹਦਾ ਖਾਂਚੇ ਖੁੱਲੇ ਨੇ ਉਧਰੋਂ ਐ ਪਾਇਆ ਆ ਟਾਇਰ ਹੈ ਦੂਜਾ ਨਾ ਕੀ ਲੈਂਦੇ ਇਹ ਸਟਿਪਨੀ ਵਾਲਾ ਖਾਂਚੇ ਖੁੱਲੇ ਲਾਇਆ ਜਿਹੜਾ ਉਹ ਬਾਹਰ ਪਰਾਂ ਸਟਿਪਨੀ ਲਾ ਛੱਡੀ ਤੁਸੀਂ शुरू तो इन्ह 2007 तो विशाल चलाउन लगे आ फोरमैन उदों दा ही नाल आ इन्हां दे आई छोटे छोटे हुंदे हां क्यों भी पउ मशीन बुढ़ी हो जांदी आ नहीं बंदे तो चिट्टे कर लेंगे काले कर देंगे इन भेज आए फिर इको जे रही देना रल के मशीन भी रंग करना पैना दे आप दी दाड़ी नु भी डाला ही पीछे करना पैना हां टैट बड़ी जांदी है ना ऐ ना ओ राड तैनू दस्या ओ लम्मी करनी पैनी है राड लम्मी करनी पऊगी आपा सैडिंग अपना पैडल भी पिछों आउंदा ना वह भी बड़ा फर्क पा देंदा कड़ दे नाट सौखी लग जू अभी हाँ किन्नी पिछां गए जे किन्नी राड लम्मी करनी पैनी है पिछा तकी हुंदा स्प्रिंग ओ हुंदा मगर कि नहीं बैरिंग वादू वादू है ना बाद ठीक है गेड़ी है थोड़ा गेर च तो नहीं नहीं गेर च तो नहीं दो नाड़ी ला दो सामने आप चेक ही करना।